गुरदासपुर के पिंड अब्बल खैर विच एक घर की छत तो लंघ रही 11,000 वोल्टेज बत्ती दियां तारां दी लपेट विच आउण नाल एक औरत गंभीर जख्मी हो गई है, जिसनु इलाज लई गुरदासपुर के सरकारी अस्पताल विच भर्ती करवाया गया, जिथे उसकी हालत नाजुक होण करके उसनु अमृतसर रैफर कर दिता गया है, जिस तो बाद गुस्से विच आए परिवारिक मैंबरां ने बिजली विभाग खिलाफ नारेबाजी कर रोष प्रदर्शन किया, दोषियों खिलाफ कारवाई की मांग की। गुरदासपुर तो रोहित गुप्ता दी रिपोर्ट, लाइव भारत। गल यह हुई है जी, कोठे ते चढ़ गई आ ते ओ बत्ती दी तारा ना लग गई आ, मेनू तो कोई पता नहीं इहदे बारे की ना आखिर कितना लग गई आ, किन बत्ती उड़ी आ, किन्नी वोल्टेज दी तार है, इह सब तो हैवी वोल्ट है। ਕਥੂਰਵਾਨ ਦੇ ਜੀ ਵੀ ਤਾਰਾਂ ਕੱਢਣ ਵਾਸਤੇ ਉੱਤੇ ਤੇ 3 ਸਾਲ ਹੋ ਗਿਆ ਮਗਰ ਪਿਆ ਨੂੰ, ਹਾਂਜੀ ਸਾਰੇ ਕੁਝ ਪੈਸੇ ਵੀ ਜਮਾਂ ਆ, ਬਿਜਲੀ ਬੋਰਡ ਵੀ ਆਏ ਆ, ਵਿੱਚੋਂ ਇਹ ਕੋਈ ਪੈਲੀਆਂ ਵਾਲੇ ਵਾਲੇ ਨਹੀਂ ਲੱਗਣ ਦਿੰਦੇ, ਕੋਈ ਤਾਰਾਂ ਨਹੀਂ ਲੰਘਣ ਦਿੰਦਾ, ਇੱਥੇ ਜੀ ਮਰਦੇ ਜਾਣਦੇ ਤੇ ਨੁਕਸਾਨ ਹੋਣ ਡਿਆ ਘਰ, ਇਹ ਕੋਈ ਅੱਧਾ ਕੁ ਘੰਟਾ ਹੋੜੇ ਪਹਿਲਾਂ ਵਕਤ ਸਹੀ ਹੈ। ਬਸ ਵੀ ਕੀਤੀ ਸੀ, ਸਭ ਕੁਛ ਕੀਤਾ ਸੀ, ਲੇਕਿਨ ਇਹ ਤਾਰਾਂ ਦਾ ਹੱਲ ਕੋਈ ਨਹੀਂ ਹੋਇਆ, ਮਸਲਾ ਕੋਈ ਹੱਲ ਨਹੀਂ ਹੋਇਆ, ਇਸ ਕਰਕੇ ਉਹ ਜੋ ਔਰਤ ਹੈ ਉਹ ਤਾਰਾਂ ਨਾਲ ਲੱਗ ਚੁੱਕੀ, ਉਹਦਾ ਸਾਰਾ ਮਤਲਬ ਸਰੀਰ ਜਿਹੜਾ ਉਹ ਕਰੰਟ ਨਾਲ ਸਾਰਾ ਛਿੱਲਿਆ ਗਿਆ। ਤੁਸੀਂ ਇਸ ਘਟਨਾ ਨੂੰ ਪਲੀਜ਼ ਫੋਕਸ ਕਰੋ ਕਿ ਇਹ ਤਾਰਾਂ ਜਿਹੜੀਆਂ ਉਹਨਾਂ ਦਾ ਛੇਤੀ ਤੋਂ ਛੇਤੀ ਹੱਲ ਹੋਵੇ। ਇਹ ਕਾਫੀ ਵਾਰੀ ਕੰਪਲੇਂਟ ਕੀਤੀ ਹੈ, ਸਰਪੰਚ ਸਾਹਿਬ ਨੇ ਵੀ ਬੜੀ ਵਾਰੀ ਕੀਤੀ ਹੈ। ਜ਼ਿੰਮੇਵਾਰ ਉਹ ਬੰਦੇ ਜਿਹਨੇ ਕੰਮ ਰੋਕਿਆ ਉਹ ਜ਼ਿੰਮੇਵਾਰ ਹੈ, ਅਸੀਂ ਤਾਂ ਕੰਮ ਕਰਨ ਨੂੰ ਤਿਆਰ ਬੈਠੇ ਹਾਂ। ਇਹਨਾਂ ਨੇ ਫੀਸ ਵੀ ਜਮ੍ਹਾਂ ਕਹਿੰਦੇ ਕਰਵਾ ਖੜੀ ਦੀ ਹੈ, ਰਾਸ਼ੀ ਜਮ੍ਹਾਂ, ਫਿਰ ਅੜਚਨ ਕੀ ਆ ਰਹੀ ਹੈ ਜੀ? ਅੜਚਨ ਆਪਣਾ ਸਰਪੰਚ ਸਾਹਿਬ ਨੂੰ ਲੈ ਕੇ ਗਏ ਮੌਕੇ 'ਤੇ ਆਪਾਂ ਪਹਿਲੇ, ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਉਹ ਬੰਦਾ ਕਹਿੰਦੇ ਵੀ ਉਹ ਰੋਕਦਾ, ਮੈਂ ਕਿਹਾ ਵੀ ਜੇ ਅੱਜ ਕੋਈ ਅਵੀ ਨਵੀ ਹੋ ਜਾਂਦੀ ਹੈ ਇਸ ਔਰਤ ਜਾਂ ਫਿਰ ਇਹਦਾ ਕੌਣ ਜ਼ਿੰਮੇਵਾਰ ਹੋਏਗਾ? ਉਹ ਤਾਂ ਉਹ ਪਰ ਬੰਦਾ ਰਿਸਪੋਂਸੀਬਲ ਹੈ ਜਿਹਨੇ ਆਪਣਾ ਕੰਮ ਡੱਕਿਆ, ਮਹਿਕਮੇ ਦਾ ਕੋਈ ਰੋਲ ਨਹੀਂ ਹੈਗਾ ਵਿੱਚ? ਮਹਿਕਮੇ ਨੇ ਤਾਂ ਸਾਰਾ ਕੁਝ ਕਰਤਾ ਨਾ, ਸਮਾਨ ਕਢਾਇਆ, ਸਭ ਕੁਝ ਕੀਤਾ, ਅਸੀਂ ਤਾਂ ਕੰਮ ਕਰਨ ਤਿਆਰ ਹਾਂ। ਇਸ ਤੋਂ ਪਹਿਲਾਂ ਕਹਿੰਦੇ ਲੋਹੜੀ 'ਤੇ ਵੀ ਇੱਥੇ ਇੱਕ ਘੰਟਾ ਵਾਪਰੀ ਆ, ਇਸ ਵੇਲੇ ਮੈਂ ਇੱਥੇ ਹਾਜ਼ਰ ਨਹੀਂ। ਹਾਂਜੀ, ਅਤੇ ਦੂਸਰੀ ਤੀਸਰੀ ਘਟਨਾ ਵਾਪਰ ਗਈ ਆ, ਸਾਈਡ 'ਤੇ ਗਿਆ ਸੀ, ਉੱਥੋਂ ਮੌਕੇ 'ਤੇ ਸਰਪੰਚ ਸਾਹਿਬ ਦਾ ਫੋਨ ਗਿਆ, ਉੱਥੋਂ ਮੌਕੇ ਤੋਂ ਆਪਾਂ ਸਿੱਧੇ ਇੱਥੇ ਹਾਜ਼ਰ ਹੋਏ। ਹੁਣ ਘਬਰਾਉਣ ਦੀ ਲੋੜ ਨਹੀਂ, ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ। ਬੇਔਲਾਦ ਸਰੀਰਿਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਇਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ, ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਸ਼ੁਕਰਾਣੂਆਂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਇੰਸ ਹੈਲਥ ਕੇਅਰ ਸੈਂਟਰ, 100 ਫੁੱਟੀ ਰੋਡ, ਅੰਮ੍ਰਿਤਸਰ, ਸੰਡੇ ਛੁੱਟੀ।